ਜਲੰਧਰ 'ਚ ਐਤਵਾਰ ਸਵੇਰ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜਲੰਧਰ 'ਚ ਸਵੇਰੇ 1 ਵਜੇ ਤੱਕ ਰੁਕ ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਭਾਵੇਂ ਘਰ ਜਾਂ ਦੁਕਾਨਾਂ ਪਾਣੀ 'ਚ ਡੁੱਬੀਆਂ ਨਜ਼ਰ ਆਈਆਂ। ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਉੱਥੇ ਹੀ ਸ਼ਹਿਰ ਦੇ ਐਤਵਾਰ ਬਾਜ਼ਾਰ, ਰੈਂਕ ਬਾਜ਼ਾਰ, ਸ਼ੇਖਾ ਬਾਜ਼ਾਰ ਸਮੇਤ ਹੋਰ ਬਾਜ਼ਾਰ ਪਾਣੀ ਵਿੱਚ ਡੁੱਬੇ ਨਜ਼ਰ ਆਏ। ਮਖਦੂਮਪੁਰਾ 'ਚ ਲੋਕ ਆਪਣੇ ਘਰਾਂ 'ਚ ਬਾਲਟੀਆਂ ਲੈ ਕੇ ਪਾਣੀ ਕੱਢਦੇ ਦੇਖੇ ਗਏ। ਉੱਥੇ ਹੀ ਸ਼ਹਿਰ 'ਚ 4 ਘੰਟੇ ਦੀ ਤੇਜ਼ ਬਾਰਿਸ਼ ਕਾਰਨ ਲੋਕ ਪ੍ਰਸ਼ਾਸਨ ਤੇ ਸਰਕਾਰ ਨੂੰ ਕੋਸਦੇ ਨਜ਼ਰ ਆਏ। ਇਸ ਨਿਗਮ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ ਦਿੱਤੀ ਹੈ। ਜਲੰਧਰ ਤੋਂ ਲਾਈਵ ਪੰਜਾਬ ਨਿਊਜ਼ ਦੇ ਪੱਤਰਕਾਰ ਅਜੇ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਆਓ ਬੇਟਾ ਆਓ।